ਇਸ ਵੇਲੇ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਵੀ ਮੰਤਰੀ ਇੰਨੇ ਸ਼ਾਨਦਾਰ ਆ ਗਏ ਨੇ, ਐਗਰੀਕਲਚਰ ਮਿਨਿਸਟਰ ਨੇ ਜਿਹੜੇ, ਮੈਂ ਤੁਹਾਨੂੰ ਗਰੰਟੀ ਕਹਿ ਦਿੰਦਾ ਵੀ ਜਦੋਂ ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰਤੀ ਕਰਨੀ, ਇਹ ਗੱਲਬਾਤ ਕੰਢੇ ਲੱਗ ਕੇ ਬਹੁਤ ਵਧੀਆ ਤਰੀਕੇ ਨਾਲ ਹੱਲ ਹੋਊਗੀ। ਸ਼ਿਵਰਾਜ ਚੌਹਾਨ ਇੱਕ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ 4 ਵਾਰ, ਅਤੇ ਇੰਨੀ ਵੱਡੀ ਕਦੇ ਉਹ ਸਟੇਟ ਦੇ ਵਿੱਚ, ਉੱਥੇ ਵੀ ਤਾਂ ਕਿਸਾਨ ਰਹਿੰਦੇ ਆ, ਕਦੇ ਉਹਨਾਂ ਦੇ ਉਲਟ ਕਿਸਾਨ ਮਜ਼ਦੂਰ ਕਦੇ ਹੋਇਆ ਨਹੀਂ। ਅਤੇ ਹੁਣ ਉਹਨਾਂ ਦੇ ਹੱਥ ਮਿਨਿਸਟਰੀ ਆ ਗਈ, PM ਸਾਹਿਬ ਨੇ ਉਹਨਾਂ ਨੂੰ ਮੈਂਡੇਟ ਦੇ ਦਿੱਤਾ, ਉਹਨਾਂ ਦੀ ਹੁਣ ਰਿਸਪੋਂਸੀਬਿਲਟੀ ਆ ਉਹਨਾਂ ਨਾਲ ਰਲ ਕੇ ਕਿਸਾਨਾਂ ਨਾਲ, ਯੂਨੀਅਨ ਲੀਡਰ ਨਾਲ ਬੜੇ, ਮੈਂ ਤੁਹਾਨੂੰ ਸਮਝਦਾ, ਵਧੀਆ ਤਰੀਕੇ ਨਾਲ ਗੱਲ ਹੋਊਗੀ। ਕਈ ਵਾਰ ਇਹ ਵੀ ਹੁੰਦਾ ਹੈ ਕੋਈ ਤਨ ਪੱਤੇ ਲਾਉਣ ਵਾਲਾ ਕੋਈ ਬੰਦਾ ਵੀ ਨਹੀਂ ਲੱਭਦਾ। ਹੁਣ ਉਹ ਰਵਨੀਤ ਬਿੱਟੂ ਉਹ ਭੂਮਿਕਾ ਹੁਣ ਫਿਰ ਨਿਭਾਉਣ ਦੀ ਤਿਆਰੀ 'ਚ ਨੇ, ਤੁਹਾਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਮੌਕਾ ਮਿਲਿਆ ਤਾਂ, ਕਿਉਂਕਿ ਪੰਜਾਬ ਤੋਂ ਤੁਸੀਂ ਗਏ ਹੋ, ਪੰਜਾਬ ਦੀ ਨੁਮਾਇੰਦਗੀ ਔਰ ਪੰਜਾਬ ਦਾ ਹੀ ਮੁੱਖ ਤੌਰ 'ਤੇ ਇਹ ਅੰਦੋਲਨ ਦੇਖਿਆ ਜਾ ਰਿਹਾ, ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਮੌਕਾ ਵੀ ਮਿਲਿਆ ਅਤੇ ਸੂਤਰਧਾਰ ਤੁਸੀਂ ਮਜ਼ਬੂਤ ਬਣ ਸਕਦੇ ਹੋ? ਇਹਦਾ ਜਿਹੜੀ ਤੁਸੀਂ ਗੱਲ ਕਹੀ ਆ, ਪੋਲੀਟੀਕਲ ਵੀ ਜੇ ਦੇਖੀਏ ਇਹਦਾ ਨੁਕਸਾਨ 100% ਆ ਜਿਹੜਾ ਉਹ ਹੋਇਆ, ਸੀਟਾਂ 'ਚ ਵੀ ਹੋਇਆ। ਮੈਂ ਆਪਣੀਓ ਗੱਲ ਕਰ ਦਿੰਦਾ, ਮੈਂ ਇਹੀ ਸੀਟ ਆ ਜਿਹੜੀ ਉਹ ਲੱਖ ਵੋਟ 'ਤੇ ਜਿੱਤ ਕੇ ਮੈਂ MP ਬਣਿਆ ਹੁੰਦਾ। ਸ਼ਹਿਰ 'ਚ ਤਾਂ ਕਿਉਂਕਿ ਅਸੀਂ ਲੈ ਗਏ ਵੋਟ 3 ਲੱਖ, ਸਭ ਸੀਟਾਂ ਨੇ 50-50 ਹਜ਼ਾਰ ਵੋਟ ਪਾਤੀ, ਉੱਥੇ ਕੋਈ BJP ਆਮ ਆਦਮੀ ਜਾਂ ਅਕਾਲੀ ਥੋੜ੍ਹੀ ਜਿੱਤਿਆ ਹੈ। ਉਹ ਤਾਂ ਜਦੋਂ ਸਾਨੂੰ ਕਿਸਾਨ ਲੀਡਰਾਂ, ਯੂਨੀਅਨ ਲੀਡਰਾਂ ਨੇ ਇੱਕ ਦਿਨ ਵੀ ਤਿੰਨੋਂ ਹਲਕਿਆਂ 'ਚ, ਦਾਖਾ, ਜਗਰਾਓਂ, ਗਿੱਲ, ਇੱਕ ਦਿਨ ਵੀ ਮੈਨੂੰ ਕਿਸੇ ਪਿੰਡ 'ਚ ਜਿਹੜਾ ਇਹ, ਪਰ ਮੈਂ ਕਿਹਾ ਲੜਨਾ ਨਹੀਂ, ਜਿਵੇਂ ਕਈ ਜਗ੍ਹਾ ਲੀਡਰ ਜਾਂਦੇ ਸੀ ਜਿਹੜੇ ਕੈਂਡੀਡੇਟ ਨੇ, ਫਿਰ ਉਹ ਆਪਸ ਵਿੱਚ ਤੁਹਾਨੂੰ ਪਤਾ ਲੜਾਈ ਕਿ ਪੁਲਿਸ ਡੰਡਾ ਚਲਾਉਂਦੀ ਸੀ, ਉਹ 'ਚ ਲੜਦੇ ਸੀ। ਮੇਰੀ ਤੁਸੀਂ ਕੋਈ ਇਹੋ ਜਿਹੀ ਕੋਈ ਵੀਡੀਓ ਨਹੀਂ ਦੇਖੀ ਹੋਣੀ ਜਿੱਥੇ ਮੈਂ ਕਿਸਾਨਾਂ ਨਾਲ ਕੋਈ ਗੱਲਬਾਤ ਕਰਕੇ ਉਹਨਾਂ ਨੂੰ ਲੜ ਰਿਹਾ ਜਾਂ ਉਹ ਮੇਰੇ ਨਾਲ, ਜੇ ਕਿਤੇ ਸਾਈਡ 'ਤੇ ਖੜ੍ਹ ਕੇ ਉਹ ਵਿਰੋਧ ਕਰਦੇ ਸੀ ਤਾਂ ਮੈਂ ਉਦੋਂ ਹੀ ਕਹਿ ਦਿੰਦਾ ਸੀ ਵੀ ਭਾਈ ਗੱਡੀਆਂ ਜਿਹੜੀਆਂ ਉਹ ਪਿੱਛੇ ਮੋੜ ਲਓ, ਕੋਈ ਲੋੜ ਨਹੀਂ ਪ੍ਰੋਗਰਾਮ ਕਰਨ ਦੀ, ਕਿਉਂਕਿ ਜਿਹਦੇ ਕੋਲ ਆਪਾਂ ਪ੍ਰੋਗਰਾਮ ਕਰਨ ਚੱਲੇ ਹਾਂ ਘਰ 'ਚ, ਇਹ ਬਾਅਦ 'ਚ ਉਹਦੇ ਨਾਲ ਵੀ ਟਕਰਾਅ ਹੋਊਗਾ। 2-3 ਜਗ੍ਹਾ ਇਹ ਹੋਇਆ ਵੀ ਜਿਹਨੇ ਪ੍ਰੋਗਰਾਮ ਰੱਖਿਆ ਉਹਦੇ ਨਾਲ ਲੜੇ, ਅਤੇ ਕੋਈ ਗੱਲ ਨਹੀਂ, ਇਲੈਕਸ਼ਨ ਆਉਂਦੀ ਜਾਂਦੀ ਆ, ਰਹਿਣੀ ਆ ਇਹ। ਪਰ ਮੈਨੂੰ ਇਹ ਦਰਦ ਕਿਉਂ ਆ, ਮੈਂ 1.25 ਸਾਲ ਆਪ ਕਿਸਾਨਾਂ ਲਈ, ਮੈਨੂੰ ਇਹ ਜ਼ਰੂਰ ਆਸ ਸੀ, ਵੋਟਾਂ ਦੀ ਗੱਲ ਨਹੀਂ ਸੀ, ਵੀ ਮੈਨੂੰ ਇੰਨਾ ਕੁ ਜ਼ਰੂਰ ਕਰਨਗੇ ਯਾਰ ਵੀ ਇਹ ਸਾਡੇ ਖਾਤਰ 1.25 ਸਾਲ ਰੁਲਦਾ ਰਿਹਾ, ਜਵਾਕ ਛੱਡ ਕੇ ਉੱਥੇ ਹੀ ਜਨਮ ਦਿਨ, ਉੱਥੇ ਵੀ ਨਵਾਂ ਸਾਲ, ਉੱਥੇ ਹੀ ਦੀਵਾਲੀ, ਉੱਥੇ ਵੀ ਇੰਨਾ ਕੁ ਮੇਰੇ ਨਾਲ ਮਾੜਾ ਮੋਟਾ ਜਿਹੜੀ ਆ ਉਹ ਰਿਆਇਤ ਜ਼ਰੂਰ ਕਰਨਗੇ। ਵੀ ਇਹ ਕੋਈ ਹੋਰ ਕਿਉਂ ਨਾ, ਕੋਈ ਕਾਂਗਰਸੀ ਕਿਉਂ ਨਾ ਆ ਗਿਆ, ਬਹੁਤ MP ਸੀ, ਬਹੁਤ ਪ੍ਰਧਾਨ ਸੀ, ਉਦੋਂ ਵੀ CLP ਲੀਡਰ ਸੀ, ਗੱਲਾਂ ਤਾਂ ਮਾਰਦੇ ਆ ਨਾ, ਬਿਆਨ ਤਾਂ ਹਰੇਕ ਦਿੰਦਾ। ਕਿਹੜਾ ਇੱਕ ਰਾਤ ਵੀ ਕਿਸਾਨਾਂ ਲਈ, ਮੈਂ ਤੁਹਾਡੇ ਚੈਨਲ 'ਤੇ ਕਹਿਣਾ ਚਾਹੁੰਦਾ ਵੀ ਕਿਹੜਾ ਇੱਕ ਹੋਰ ਬੰਦਾ ਹੈ ਮੇਰੇ ਤੋਂ ਬਗੈਰ, ਮੈਂ ਇਹ ਨਹੀਂ ਕਹਿੰਦਾ ਮੈਂ, ਔਜਲਾ ਸਾਹਿਬ ਅਤੇ ਮੈਂ, ਦੋ ਜਿਨ੍ਹਾਂ ਨੇ 1.25 ਸਾਲ ਕਿਸਾਨਾਂ ਤੋਂ ਬਾਅਦ ਇੱਕ ਦਿਨ ਬਾਅਦ ਉੱਠੇ, ਅਤੇ ਅਸੀਂ ਉਹਦਾ ਇੱਕ ਸ਼ਾਬਾਸ਼ੀ ਦਾ ਬੰਦਾ ਚਾਹੁੰਦਾ ਹੀ ਹੁੰਦਾ ਨਾ। ਚਲ ਹੁਣ ਤੁਹਾਨੂੰ ਮੌਕਾ ਮਿਲਿਆ ਸ਼ਾਬਾਸ਼ੀ ਲੈਣ ਦਾ, ਹੁਣ ਸ਼ਾਬਾਸ਼ੀ ਲੈਣ ਦੀ ਤੁਹਾਨੂੰ ਉਮੀਦ ਹੈ? ਮੈਂ ਇਹੀ ਗੱਲ ਕਹਿ ਰਿਹਾ ਸੀ ਵੀ ਮੈਂ 1.25 ਸਾਲ ਉਹ ਦਰਦ ਸਿਆ ਏ, ਅਤੇ ਉਹ ਦਰਦ ਜਿਹੜਾ ਕਿਸਾਨ ਜਿਵੇਂ ਤੰਬੂ 'ਚ ਬੈਠ ਕੇ ਗਰਮੀ 'ਚ, ਮੀਂਹ 'ਚ, ਕੋਵਿਡ 'ਚ ਬੈਠੇ ਸੀ, ਉਹ ਤਕਲੀਫ ਮੈਨੂੰ ਵੀ ਪਤਾ ਹੈ ਵੀ ਉਹ ਕੀ ਆ। ਅਤੇ ਇਸ ਕਰਕੇ ਮੈਂ ਇਲੈਕਸ਼ਨ 'ਚ ਵੀ ਕਹਿੰਦਾ ਸੀ, ਮੈਂ ਹੁਣ ਵੀ 100% ਇਹ ਗੱਲ ਕਹਿੰਦਾ ਏ ਵੀ ਇਹ ਹੱਲ ਜਿਹੜਾ ਏ ਉਹ ਇਹ ਗੱਲ ਨੂੰ ਹੱਲ ਕਰਕੇ ਸਿਰੇ ਚੜਾਵਾਂਗੇ ਇਹ ਬਿਲਕੁਲ, ਮੈਂ ਤੁਹਾਡੇ ਚੈਨਲ 'ਤੇ ਜ਼ਿੰਮੇਵਾਰੀ ਲੈਂਦਾ।